D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਕਸ਼ੂ ਸਿੰਘ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਮੇਅਰ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਜੇਕਰ ਗੱਲ ਕੀਤੀ ਹੈ ਚੋਣ ਪ੍ਰਚਾਰ ਦੀ ਤਾਂ ਚੋਣ ਪ੍ਰਚਾਰ ਜਿਹੜਾ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਅੱਗੇ ਵਧ ਰਿਹਾ ਤੇ ਉੱਥੇ ਪੰਜਾਬ ਦੀ 3 ਨਿੱਕੀ ਕੌਰ ਵੀ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਜਿਨ੍ਹਾਂ ਨੂੰ ਪੰਜਾਬੀਆਂ ਦਾ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੰਗਾਰਾ ਮਿਲ ਰਿਹਾ ਨਿੱਕੀ ਚੋਣ ਪ੍ਰਚਾਰ ਦਾ ਅਖੀਰਲਾ ਪੜਾ ਚੱਲ ਰਿਹਾ ਤੇ ਤੁਸੀਂ ਇਸ ਦੇ ਵਿੱਚ ਆਪਣੇ ਵੋਟਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਸੀਂ ਅੱਜ ਤੁਹਾਡੇ ਨਾਲ ਜਿਹੜਾ ਆਪਣਾ ਦੋ ਤਿੰਨ ਦਿਨ ਬਾਕੀ ਆ ਇੰਟਰਵਿਊ ਕਰ ਰਹੇ ਦੱਸ ਰਹੇ ਆ ਵੀ ਕਾਫੀ ਵਧੀਆ ਚੱਲ ਰਿਹਾ ਵਾ ਡੋਰ ਨਾਕਿੰਗ ਤੇ ਅਸੀਂ ਰੋਜ਼ ਜਾਂਦੇ ਆ 7 ਟੂ 8 ਆਵਰਸ ਡੋਰ ਨਾਕਿੰਗ ਹੁੰਦੀ ਆ ਐਂ ਆਪਣੇ ਜਿਹੜੇ ਰੈਜ਼ੀਡੈਂਸ ਆ ਉਹਨਾਂ ਦੀ ਰਿਸਪੌਂਸ ਬਹੁਤ ਜ਼ਿਆਦਾ ਪੋਜ਼ਿਟਿਵ ਆ ਐਂ ਇੱਕ ਕੱਲ ਮੈਂ ਜ਼ਰੂਰ ਕਹੂੰਗੀ ਆਪਣੇ ਲੋਕਾਂ ਦੇ ਵਿੱਚ ਅਵੇਅਰਨੈਸ ਬਹੁਤ ਹੈਗੀ ਆ ਵੀ ਬ੍ਰੈਂਪਟਨ ਨੂੰ ਚੇਂਜ ਚਾਹੀਦੀ ਆ ਐਂ ਜ਼ਰੂਰੀ ਆ ਵੀ ਆਪਾਂ ਹੁਣ ਇਹ ਚੀਜ਼ ਨੂੰ ਪੁਸ਼ ਕਰੀਏ ਮੰਡੇ ਅਕਤੂਬਰ 24 ਆਪਣਾ ਲਾਸਟ ਚਾਂਸ ਹੈਗਾ ਵਾ 10 ਵਜੇ ਤੋਂ 8 ਵਜੇ ਤੱਕ ਆਪਣੀ ਵੋਟ ਪਾਉਣ ਦਾ ਸੋ ਬਹੁਤ ਜ਼ਰੂਰੀ ਆ ਸਾਰਿਆਂ ਨੂੰ ਜਾ ਕੇ ਵੋਟ ਪਾ ਕੇ ਆਓ ਜਿਹੜਾ ਆਪਾਂ ਨੂੰ ਇੱਥੇ ਬਦਲਾ ਦੀ ਲੋੜ ਆ ਉਹਨੂੰ ਆਪਾਂ ਲੈ ਕੇ ਆਈਏ ਨਿੱਕੀ ਜਿਸ ਤਰ੍ਹਾਂ ਤੁਹਾਡੇ ਖਿਲਾਫ ਜਿਹੜੇ ਵਿਰੋਧੀ ਖੜੇ ਨੇ ਬੌਬ ਦਸਾਂਜ ਅਤੇ ਪੈਟ੍ਰਿਕ ਬਰਾਊਨ ਉਹਨਾਂ ਵੱਲੋਂ ਕ腐ਸ਼ਨ ਦਾ ਜ਼ਿਕਰ ਕੀਤਾ ਜਾਂਦਾ ਹੈ ਤੇ ਉੱਥੇ ਹੀ ਤੁਸੀਂ ਵੀ ਜਿਹੜਾ ਭ੍ਰਿਸ਼ਟਾਚਾਰ ਦੇ ਖਿਲਾਫ ਜਿਹੜਾ ਕਾਫੀ ਜ਼ਿਆਦਾ ਆਵਾਜ਼ ਚੁੱਕੀ ਸੀਗੀ ਨਿੱਕੀ ਇਸ મુદ્ਦੇ ਨੂੰ ਲੈ ਕੇ ਬੌਬ ਦਸਾਂਜ ਅਤੇ ਪੈਟ੍ਰਿਕ ਬਰਾਊਨ ਨਾਲ ਤੁਹਾਡੀ ਖੁੱਲੇ ਦੇ ਵਿੱਚ ਡਿਬੇਟ ਕਿਉਂ ਨਹੀਂ ਹੋ ਸਕੀ ਮੈਂ ਜੀ ਬਾਬ ਦਸਾਈਜ ਨੂੰ ਕਾਫੀ ਵਾਰੀ ਗਿਆ ਵਾ ਵੀ ਆ ਕੇ ਮੇਰੇ ਨਾਲ ਡਿਬੇਟ ਕਰੋ ਹਜੇ ਵੀ ਤਿੰਨ ਚਾਰ ਦਿਨ ਬਾਕੀ ਆ ਹਜੇ ਵੀ ਮੈਂ ਕਹਿੰਨੀ ਆ ਆ ਕੇ ਡਿਬੇਟ ਕਰੋ ਐਂਡ ਉਹ ਵੀਡੀਓਜ਼ ਬਹੁਤ ਬਣਾ ਰਹੇ ਆ ਤੇ ਪਰਸਨਲ ਅਟੈਕਸ ਬੜੇ ਕਰ ਰਹੇ ਆ ਜੇ ਸੋਚਿਆ ਜਾਵੇ ਨਾ ਇਸ਼ੂ ਇੱਥੇ ਬ੍ਰੈਂਪਟਨ ਦੇ ਚੱਲ ਰਹੇ ਆ ਬ੍ਰੈਂਪਟਨ ਰੈਜ਼ਿਡੈਂਸ ਦੇ ਟੈਕਸ ਪੇਅਰ ਦੀ ਮਨੀ ਦੀ ਗੱਲ ਚੱਲ ਰਹੀ ਆ ਉਹ ਕਦੇ ਜਿਹੜੀਆਂ ਗੱਲਾਂ ਉਹਨਾਂ ਤੇ ਗੱਲ ਨਹੀਂ ਕਰਦੇ ਜਿਹੜਾ ਇਸ਼ੂ ਆ ਨਾ ਉਸ ਤੋਂ ਜਿਹੜੀ ਕਮਿਊਨਿਟੀ ਆ ਉਹਨੂੰ ਡਿਵਾਈਡ ਨਾ ਕੀਤਾ ਜਾਵੇ ਤੇ ਕਨਫਿਊਜ਼ ਨਾ ਕੀਤਾ ਜਾਵੇ ਮੈਂ ਦੁਬਾਰਾ ਦੁਬਾਰਾ ਇੱਕ ਹੀ ਮੇਰੀ ਰਿਕੁਐਸਟ ਆ ਜੇ ਵਾਕੈ ਹੀ ਤੁਹਾਡੇ ਕੋ ਕੋਈ ਗੱਲਬਾਤ ਕਰਨਾ ਚਾਹੁੰਦੇ ਆ ਵਿਦਆਊਟ ਪਰਸਨਲ ਇਸ਼ੂਸ ਤੁਸੀਂ ਆ ਕੇ ਸਾਡੇ ਨਾਲ ਓਪਨ ਡਿਬੇਟ ਕਰੋ ਤਿੰਨ ਡਿਬੇਟ ਹੋ ਚੁੱਕੀਆਂ ਉਹ ਇੱਕ ਵੀ ਡਿਬੇਟ ਤੇ ਨਹੀਂ ਆਏ ਵੀਡੀਓ ਬਣਾਉਣੀ ਬਹੁਤ ਸੌਖੀ ਆ ਦੁਬਾਰਾ ਦੁਬਾਰਾ ਵੀਡੀਓ ਬਣਾ ਕੇ ਆਪਾਂ ਪਾ ਸਕਦੇ ਆ ਯੋਗੀ ਉਹਨਾਂ ਨੂੰ ਵੀਡੀਓ ਬਣਾਉਣ ਦਾ ਸ਼ੌਂਕ ਆ ਬਸ ਜਿਹੜੇ ਰੀਅਲ ਇਸ਼ੂ ਆ ਉਹ ਡਿਸਕਸ ਨਹੀਂ ਕਰਦੇ ਐਂਡ ਮੈਂ ਇੱਕ ਵਾਰੀ ਫੇਰ ਓਪਨਲੀ ਰਿਕੁਐਸਟ ਕਰਦੀ ਆ ਵੀ ਆ ਕੇ ਸਾਡੇ ਨਾਲ ਡਿਬੇਟ ਕਰੋ ਆਪਣੇ ਫੈਕਟਸ ਐਂਡ ਫਿਗਰਸ ਐਂਡ ਆਪਣੇ ਸਾਰੇ ਪ੍ਰੂਫ ਲੈ ਕੇ ਆਓ ਅਸੀਂ ਤਾਂ ਤਿਆਰ ਹੁੰਨੇ ਆ ਅਸੀਂ ਸਾਰੀ ਡਿਬੇਟ ਸੇ ਜਾਂਦੇ ਆ ਜਿੱਥੇ ਵੀ ਸਾਨੂੰ ਮੌਕਾ ਮਿਲਦਾ ਆ ਤੇ ਉੱਥੇ ਗੱਲਬਾਤ ਕਰਦੇ ਆ ਨਿੱਕੀ ਜਿਕਰ ਤੁਹਾਡੀ ਜਿੱਤ ਹੁੰਦੀ ਆ ਤਾਂ ਬ੍ਰੈਂਪਟਨ ਦੇ ਲੋਕਾਂ ਨਾਲ ਤੁਸੀਂ ਕਿਹੜਾ ਵਾਦਾ ਕਰਦੇ ਹੋ ਅਸੀਂ ਪਾਲਿਸੀਜ਼ ਹੀ ਡਿਸਕਸ ਕਰਦੇ ਆ ਸਾਰਿਆਂ ਤੋਂ ਪਹਿਲਾਂ ਆਪਣਾ ਜਿਹੜਾ ਕ੍ਰਾਈਮ ਆ ਸੀ ਉਹਦੀ ਫੋਕਸ ਕਰਨ ਲੱਗੇ ਹੋਏ ਆ ਵੀ ਜਿਹੜਾ ਜਦੋਂ ਵੀ ਦੇਖੋ ਆਪਣੀਆਂ ਸਟਰੀਟਸ ਦੇ ਵਿੱਚ ਬਹੁਤ ਜ਼ਿਆਦਾ ਕ੍ਰਾਈਮ ਵਧਿਆ ਹੋਇਆ ਅਮੀਡੀਏਟਲੀ ਆ ਕੇ ਅਸੀਂ ਇੱਕ ਬੜਾ ਮੋਡਰੇਟ ਨੰਬਰ 100 ਪੁਲਿਸ ਆਫਸਰਸ ਪਹਿਲਾਂ ਕਹਿ ਰਹੇ ਆ ਰੀਜ਼ਨ ਅਸੀਂ ਇੰਨਾ ਲੋਡ ਨੰਬਰ ਪਹਿਲਾਂ ਕਹਿ ਰਹੇ ਆ ਕਿਉਂਕਿ ਅਸੀਂ ਆ ਕੇ ਪਹਿਲਾਂ ਆਪਣਾ ਆਡਿਟ ਕਰਕੇ ਆਪਣੇ ਬਜਟ ਦੇਖਣਾ ਚਾਹੁੰਦੇ ਆ ਐਂ ਜਿੱਥੇ ਜਿੱਥੇ ਪੁਲਿਸ ਦੀ ਲੋਡ ਹੋ ਜਿਹੜਾ ਡੈਮੋਗ੍ਰਾਫਿਕ ਦੇ ਵਿੱਚ ਜ਼ਿਆਦਾ ਕ੍ਰਾਈਮ ਆ ਜ਼ਿਆਦਾ ਲੋਡ ਆ ਪਹਿਲਾਂ ਆਪਾਂ ਉੱਥੇ ਪੈਟਰੋਲਿੰਗ ਦਾ ਕੰਮ ਸ਼ੁਰੂ ਕਰਾਂਗੇ ਤੇ ਹੋਰ ਵੀ ਟੈਕਨੋਲੋਜੀ ਲੈ ਕੇ ਜਿੱਥੇ ਜਿੱਥੇ ਆਪਾਂ ਨੂੰ ਸੌਖਾ ਲੱਗਿਆ ਵੀ ਸਾਰਿਆਂ ਤੋਂ ਪਹਿਲਾਂ ਇਹ ਚੀਜ਼ਾਂ ਨੂੰ ਇੱਥੇ ਆਪਾਂ ਟੇਮ ਕਰ ਸਕਦੇ ਉਹ ਆਪਾਂ ਕਰਾਂਗੇ ਜੇਕਰ ਤੁਸੀਂ ਮਿਹਰਬਾਨ ਦਿਓ ਤਾਂ ਪੈਟ੍ਰਿਕ ਬ੍ਰਾਊਨ ਵੱਲੋਂ ਜੋ ਇਨਵੈਸਟੀਗੇਸ਼ਨਾਂ ਦੀਆਂ ਫਾਈ ਉਹਨਾਂ ਨੂੰ ਤੁਸੀਂ ਮੁਰ ਖੋਲੋਗੇ ਜਿਹੜਾ ਆਡਿਟ ਹੋਇਆ ਅਗਸਟ 26 ਨੂੰ ਇਹਨੇ ਬੰਦ ਕਰਾਇਆ ਉਹ 100% ਮੈਂ ਖੋਲਾਂਗੀ ਕਿਉਂਕਿ ਰੈਜ਼िडੈਂਸ ਨੂੰ ਪਤਾ ਹੋਣਾ ਚਾਹੀਦਾ ਵੀ ਕੀ ਹੋਇਆ ਤੇ ਐਕਚੁਅਲ ਚ ਪੈਸੇ ਕਿੰਨੇ ਮਿਸਯੂਜ਼ ਕੀਤੇ ਤੇ ਕਿੰਨਾ ਜ਼ਰੂਰੀ ਹੈਗਾ ਵਾ ਵੀ ਜਿਹੜਾ ਆਪਣਾ ਲੀਡਰ ਆ ਨਾ ਉਹ ਐਥੀਕਲ ਹੋਵੇ ਓਨੈਸਟ ਹੋਵੇ ਐਂਡ ਇੰਟੈਗ੍ਰਿਟੀ ਵਾਲਾ ਹੋਵੇ ਅਸੀਂ ਹੁਣ ਇੱਕ ਨਵੀਂ ਪਾਲਿਸੀ ਲੈ ਕੇ ਆਂਦੀ ਆ ਵੀ ਅਸੀਂ ਇੱਕ ਆਡੀਟਰ ਜਨਰਲ ਦਾ ਰੋਲ ਐਸਟੈਬਲਿਸ਼ ਕਰਾਂਗੇ ਇਹਨੇ ਮਤਲਬ ਸਾਡੇ ਤੇ ਹੀ ਗੱਲ ਹੁੰਦੀ ਆ ਵੀ ਜਿਹੜਾ ਮੇਅਰ ਆ CEO ਆ ਉਹ ਕਿਸੇ ਤੋਂ ਅਭਵ ਨਹੀਂ ਹੈਗਾ ਉਹ ਲਾਤੋਂ ਨਹੀਂ ਅਭਵ ਹੈਗਾ ਉਹ ਤੁਹਾਨੂੰ ਸਾਰੀ ਅਕਾਉਂਟੇਬਿਲਟੀ ਜਿਹੜੋ ਵੀ ਲੋਡ ਆ ਉਹ ਪ੍ਰੋਵਾਈਡ ਕੀਤੀ ਜਾਵੇ ਐ ਮੈਂ ਕਹਿੰਨੀ ਆ ਜੋ ਵੀ ਮੈਥੋਂ ਚੀਜ਼ ਚਾਹੀਦੀ ਆ ਮੈਂ ਤੁਹਾਨੂੰ ਦਵਾਂਗੀ ਤਾਂ ਹੀ ਅਸੀਂ ਇਹ ਇੱਕ ਨਵਾਂ ਅਲੱਗ ਰੋਲ ਪ੍ਰਪੋਜ਼ ਕਰ ਰਹੇ ਆ ਨਿੱਕੀ ਜੇਕਰ ਗੱਲ ਕੀਤੀ ਆਵੇ ਵਿਰੋਧੀਆਂ ਨੇ ਤਾਂ ਵਿਰੋਧੀਆਂ ਵੱਲੋਂ ਤੁਹਾਡੇ ਉੱਪਰ ਪਰਸਨਲ ਅਟੈਕ ਕੀਤਾ ਜਾ ਰਿਹਾ ਤੇ ਲੋਕ ਪੁੱਛਦੇ ਨੇ ਕਿ ਉਹ ਮੁੱਢਾਂ ਤੋਂ ਪਰਖਾਉਣ ਦੀਆਂ ਗੱਲਾਂ ਕਿਉਂ ਕਰ ਰਹੇ ਨੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦੀ ਆ ਜਿਹੜਾ ਇਹ ਮੈਂ ਕਰ ਰਹੀ ਆ ਮੈਂ ਲੋਕਾਂ ਦੀ ਆਵਾਜ਼ ਆ ਇਹ ਮੇਰੀ ਕੋਈ ਪਰਸਨਲ ਅਜੰਡਾ ਨਹੀਂ ਹੈਗੀ ਮੈਂ ਲੋਕਾਂ ਦੇ ਵਾਸਤੇ ਖੜੀ ਆ ਇਹ ਜਿਹੜੇ ਪਰਸਨਲ ਅਟੈਕਸ ਆ ਵੀ ਨਿੱਕੀ ਆਪਦੀ ਫੈਮਲੀ ਦੇ ਨਾਲ ਘਰੇ ਰਹਿੰਦੀ ਆ ਮੈਂ ਮੈਂ ਇੱਕ ਗੱਲ ਕਹੂੰਗੀ ਉਹ ਆਪਦੀ ਫੈਮਲੀ ਦੇ ਨਾਲ ਵੀ ਰਹਿੰਦੇ ਆ ਨਾ ਉਹਨਾਂ ਦੇ ਘਰੇ ਵੀ ਉਹਨਾਂ ਦੀ ਹੋਰ 올ਡਰ ਜਨਰੇਸ਼ਨ ਰਹਿੰਦੀ ਆ ਇਹ ਬੜੀ ਗਲਤ ਗੱਲ ਆ ਕਿਸੇ ਦੀ ਧੀ ਤੇ ਮਾਂ ਤੇ ਭੈਣ ਤੇ ਗੱਲ ਕਰਨੀ ਇਸ਼ੂ ਬ੍ਰੈਂਪਟਨ ਦੇ ਚੱਲ ਰਹੇ ਆ ਡਿਸਕਸ਼ਨ ਬ੍ਰੈਂਪਟਨ ਦੀ ਕਿਆਸਤੀ ਤੇ ਡਿਸਫੰਕਸ਼ਨ ਦੀ ਚੱਲ ਰਹੀ ਆ ਨਾਟ ਵੀ ਕਿਹੜਾ ਆਪਦੀ ਫੈਮਲੀ ਦੇ ਨਾਲ ਰਹਿੰਦਾ ਕਿਹੜਾ ਆਪਦੀ ਫੈਮਲੀ ਦੇ ਨਹੀਂ ਰਹਿੰਦਾ ਇਹ ਤਾਂ ਜੈਰੀ ਸਪ੍ਰਿੰਗਰ ਸ਼ੋਅ ਬਾਰੇ ਕਨਸੈਪਟ ਹੋ ਚੁੱਕੇ ਆ ਐਂਡ ਆਪਾਂ ਬਹੁਤ ਸੀਰੀਅਸ ਮੈਟਰ ਇੱਥੇ ਡਿਸਕਸ ਕਰ ਰਹੇ ਆ ਮੈਂ ਦੁਬਾਰਾ ਦੁਬਾਰਾ ਕਹੂੰਗੀ ਵੋਟਰਸ ਨੂੰ ਡਿਵਾਈਡ ਨਾ ਕੀਤਾ ਜਾਵੇ ਇਹ ਜਿਹੀਆਂ ਗਲਤ ਗੱਲਾਂ ਨਾ ਦੇਖੋ ਮੈਂ ਤੁਹਾਡੇ ਵਾਸਤੇ ਖੜੀ ਆ ਮੈਂ ਆਪਦੇ ਵਾਸਤੇ ਨਹੀਂ ਖੜੀ ਮੈਂ ਵੋਟਰ ਦੀ ਆਵਾਜ਼ ਆ ਕੱਲ ਵੀ ਮੈਂ ਸੀਗੀ ਤੇ ਅੱਜ ਵੀ ਮੈਂ ਹੈਗੀ ਆ ਜੋ ਜੋ ਇਸ਼ੂਸ ਮੈਂ ਡਿਸਕਸ ਕੀਤੇ ਸਾਰਿਆਂ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਦੱਸਿਆ ਲਾਸਟ ਈਅਰ ਵੀ ਜੀਡੀ ਆਪਣੀ ਇਹ ਯੂਨੀਵਰਸਿਟੀ ਫਾਈਲ ਦੇ ਚੋ ਪੈਸਾ ਖਾਦਾ ਗਿਆ ਤੇ ਆਪਾਂ ਨੂੰ ਲਾਸਟ ਵੀਕ ਉਹ ਪਤਾ ਵੀ ਲੱਗਿਆ ਸੀ ਪੀ24 ਦੀ ਖਬਰ ਪੜੋ pointer.com ਦੀ ਖਬਰ ਪੜੋ ਤੇ ਸਟਾਰ ਦੇ ਦੋ ਆਰਟੀਕਲ ਪੜੋ ਉਹੀ ਚੀਜ਼ਾਂ ਦੁਬਾਰਾ ਦੁਬਾਰਾ ਉੱ체 ਬਾਹਰ ਆਈਆਂ ਸੋ ਜਿਹੜੇ ਲੋਕ ਕਹਿ ਰਹੇ ਨਾ ਪਰਸਨਲ ਅਟੈਕਸ ਕਰ ਰਿਹਾ ਉਹਨਾਂ ਨੂੰ ਕਹੋ ਵੀ ਤੁਸੀਂ ਵੀ ਆਪਣਾ ਕੰਮ ਕਰਕੇ ਆਓ ਜੇ ਤੁਸੀਂ ਵਾਕਿਆ ਹੀ ਤੁਹਾਡੇ 'ਚ ਕੋਈ ਵੈਲਿਊ ਹੈ ਨਾ ਸਾਡੇ ਸਾਰਾ ਕੁਝ ਸਾਹਮਣੇ ਲੈ ਕੇ ਆਓ ਤੇ ਫਿਰ ਸਾਡੇ ਨਾਲ ਗੱਲ ਕਰੋ ਓਪਨਲੀ ਡਿਬੇਟ ਕਰੋ ਅਸੀਂ ਤਾਂ ਇਹ ਕਹਿੰਨੇ ਵੀ ਮੂੰਹ ਤੇ ਆ ਕੇ ਸਾਡੇ ਨਾਲ ਗੱਲ ਕਰੋ ਪਿੱਛੇ ਤਾਂ ਬੈਠੇ ਹੋ ਵੀਡੀਓਜ਼ ਬਣਾ ਲੈਂਦੇ ਆ ਤਿੰਨ ਵਾਰੀ ਅਸੀਂ ਡਿਬੇਟਸ ਤੇ ਗਏ ਆ ਉਹ ਇੱਕ ਵੀ ਡਿਬੇਟ ਤੇ ਆਏ ਨਹੀਂ ਇੱਕ ਵੀ ਵਾਰ ਉਹ ਕੋਈ ਕੁਐਸਚਨ ਨਹੀਂ ਅਨਸਰ ਕਰਦੇ ਉਹ ਕਮਿਊਨਿਟੀ ਨੂੰ ਡਿਵਾਈਡ ਕਰਨ ਤੇ ਲੱਗੇ ਹੋਏ ਆ ਪਰਸਨਲ ਅਟੈਕਸ ਤੇ ਲੱਗੇ ਹੋਏ ਮੇਰੀ ਰਿਕੁਐਸਟ ਹੈਗੀ ਆ ਇਹ ਇਲੈਕਸ਼ਨ ਨੂੰ ਰੈਜ਼ਿਡੈਂਸੀ ਫੋਕਸ ਰੱਖੋ ਤੇ ਸਿਟੀ ਆਫ ਬ੍ਰੈਮਟਨ ਦੇ ਜੋ ਹੋ ਰਿਹਾ ਵਿੱਚ ਡਿਸਫੰਕਸ਼ਨ ਐਂਡ ਕਿਆਸ ਉਨੂੰ ਫੋਕਸ ਰੱਖੋ ਤੇ ਉਹਨੂੰ ਆਪਾਂ ਕਿਵੇਂ ਸਹੀ ਕਰਨਾ ਥੈਂਕ ਯੂ ਨਿੱਕੀ ਲੋਕ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਕ腐ਸ਼ਨ ਦੇ ਖਿਲਾਫ ਜਿਹੜੀ ਆਵਾਜ਼ ਚੁੱਕੀ ਸੀ ਉਸ ਤੋਂ ਬਾਅਦ ਤੁਹਾਨੂੰ ਕਾਫੀ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਗਿਆ ਕਿਸ ਤਰ੍ਹਾਂ ਦੇ ਇਲਜ਼ਾਮ ਲਗਾਏ ਗਏ ਤੇ ਉਸ ਤੋਂ ਬਾਅਦ ਤੁਸੀਂ ਇਹ ਚੋਣਾ ਲੜਨ ਦਾ ਫੈਸਲਾ ਕਿਉਂ ਕੀਤਾ ਸਾਰਿਆਂ ਨੂੰ ਮੈਂ ਇੱਕ ਹੀ ਕਹੂੰਗੀ ਵੀ ਆਪਾਂ ਨੂੰ ਦੋ ਤਿੰਨ ਮਹੀਨੇ ਹੋ ਗਏ ਕੰਮ ਕਰਦੇ ਨੂੰ ਐਨ ਇਸ ਤੋਂ ਪਹਿਲਾਂ ਹੀ ਮੈਨੂੰ ਦੋ ਸਾਲ ਹੋ ਚੁੱਕੇ ਆ ਜਦੋਂ ਮੈਂ ਪਹਿਲੀ ਵਾਰ ਐਜ਼ ਅ ਵੋਲੰਟੀਅਰ ਬਾਹਰ ਆਈ ਸੀ ਸਾਰਾ ਤੁਹਾਡੇ ਮੂਰੇ ਸੱਚ ਰੱਖਿਆ ਸੀ ਅੱਜ ਵੀ ਮੈਂ ਖੜੀ ਆ ਉਦੋਂ ਵੀ ਮੈਂ ਖੜੀ ਸੀ ਮੇਰਾ ਇੱਕ ਹੀ ਮੈਸੇਜ ਆ ਉਦੋਂ ਵੀ ਇਹੀ ਸੀ ਵੀ ਮੈਂ ਰੈਜ਼ੀਡੈਂਟ ਤੇ ਵਾਸਤੇ ਹੈਗੀ ਆ ਦੇਖੋ ਮੇਰੇ ਕੋ ਬੜੇ ਆਪਸ਼ਨ ਸੀਗੇ ਜਦੋਂ ਮੈਂ ਵਿਸਲਬਲਰ ਬਣ ਕੇ ਬਾਹਰ ਆਈ ਨਾ ਮੈਨੂੰ ਇਹਨਾਂ ਨੇ ਫਾਇਰ ਕੀਤਾ ਮੈਂ ਬੜੇ ਆਰਾਮ ਦੇ ਨਾਲ ਸੂ ਕਰਕੇ ਮਿਲੀਅਨ ਡਾਲਰ ਲੈ ਕੇ ਘਰੇ ਜਾ ਸਕਦੀ ਸੀ ਬਟ ਜਿਹੜੇ ਉਹਨੂੰ ਕੰਸਟਰਕਟਿਵ ਡਿਸਮਿਸਰ ਕਹਿੰਦੇ ਆ ਲੀਗਲੀ ਪਰ ਜਿਹੜੇ ਉਹ ਪੈਸੇ ਆ ਨਾ ਉਹ ਰੈਜ਼ੀਡੈਂਟ ਦੇ ਪੈਸੇ ਆ ਮੈਂ ਕਿਹਾ ਦੁਬਾਰਾ ਜਾ ਕੇ ਸਾਰਾ ਜੋ ਐਵੀਡੈਂਸ ਹੈਗਾ ਸਾਰੀਆਂ ਇਨਵੋਇਸਸ ਆ ਉਹ ਚੀਜ਼ਾਂ ਨੂੰ ਇਕੱਠਾ ਕਰਕੇ ਆਡਿਟ ਕਰਾ ਕੇ ਤੁਹਾਡੇ ਸਾਹਮਣੇ ਚੀਜ਼ਾਂ ਲੈ ਕੇ ਆਣ ਮੈਂ ਦੁਬਾਰਾ ਦੁਬਾਰਾ ਇਹੀ ਟਰਾਈ ਕੀਤੀ ਹੈ ਤੇ ਮੈਂ ਫੇਰ ਐਂਡ ਤੇ ਆ ਕੇ ਅਸੀਂ ਇਲੈਕਸ਼ਨ ਤੇ ਖੜੇ ਆ ਤੁਹਾਨੂੰ ਇਹ ਇਹ ਦੱਸਣ ਵਾਸਤੇ ਤੁਹਾਨੂੰ ਇਹਨਾਂ ਕਹਿਣ ਵਾਸਤੇ ਵੀ ਅਸੀਂ ਤੁਹਾਡੇ ਵਾਸਤੇ ਹੈਗੇ ਆ ਐਂਡ ਅਸੀਂ ਤੁਹਾਨੂੰ ਵੀ ਇੱਕੀ ਰਿਕੁਐਸਟ ਕਰਾਂਗੇ ਜਿਹੜੀ ਆਪਣੀ ਸੈਕੰਡ ਜਨਰੇਸ਼ਨ ਆ ਉਹਨੂੰ ਇੱਕ ਆਪਰਚੂਨਿਟੀ ਦਿੱਤੀ ਜਾਵੇ ਉਹਨੂੰ ਇੱਕ ਮੌਕਾ ਦਿੱਤਾ ਜਾਵੇ ਵੀ ਉਹ ਤੁਹਾਨੂੰ ਐਥਿਕਲੀ without dysfunction ਕੇ ਆਸਤੇ ਤੇ ਮਿਸ ਯੂਸ ਮੈਨੇ ਪਲੇਟ ਕਰਕੇ ਤੁਹਾਨੂੰ ਸਰਵ ਕਰ ਸਕੇ ਸੋ ਅਕਤੂਬਰ 24 ਨੂੰ ਪਲੀਜ਼ ਵੋਟ ਨਿੱਕੀ ਖੋੜ 10 ਵਜੇ ਤੋਂ 8 ਵਜੇ ਤੱਕ ਸੋ ਆਪਾਂ ਵੀ ਬ੍ਰੈਂਪਟਨ ਦੇ ਵਿੱਚ ਚੇਂਜ ਲੈ ਕੇ ਆਈਏ ਜਿਹੜੀ ਇੱਥੇ ਲੌਂਗ ਓਵਰ 杜 ਆ ਥੈਂਕ ਯੂ ਨਿੱਕੀ ਇੱਕ ਗੱਲ ਕੀਤੇ ਬ੍ਰੈਂਪਟਨ ਸ਼ਹਿਰ ਦੀ ਦਾ ਬ੍ਰੈਂਪਟਨ ਸ਼ਹਿਰ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤਰ੍ਹਾਂ ਕਾਰ ਚੋਰੀ ਦੀਆਂ ਤੇ ਲਗਾਤਾਰ ਰੋਕਣੀਆਂ ਜਿਹੀਆਂ ਗੱਡੀਆਂ ਚੋਰੀ ਹੋ ਰਹੀ ਐ ਨ ਇੱਕ ਵਾਰ ਤੁਹਾਡੀ ਵੀ ਜਿਹੜੀ ਕਾਰ ਉਹ ਚੋਰੀ ਹੋਈ ਸੀ ਪਰ ਇਹ ਸਿਲਸਿਲਾ ਲਗਾਤਾਰ ਜਾਰੀ ਆ ਹੁਣ ਤੱਕ ਕਿਉਂ ਨਹੀਂ ਰੁਕਿਆ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਾਰ ਜੈਕਿੰਗ ਜੀ ਤੇ ਕਾਰ ਥੈਫਟ ਦੀ ਗੱਲ ਰੋਜ਼ ਸੁਣਨ ਨੂੰ ਮਿਲਦੀ ਆ ਮੈਂ ਤੁਹਾਨੂੰ ਬਹੁਤ ਗੱਲ ਕਲੀਅਰ ਕਰਨਾ ਚਾਹੁੰਦੀ ਆ ਅਸੀਂ ਇਹ ਕੋਤ ਬਰਚਾਵੀ ਤੋਂ ਬਾਅਦ ਤੁਸੀਂ ਸਾਨੂੰ ਮੌਕਾ ਦਿੰਦੇ ਆ ਅਸੀਂ ਇਮੀਡੀਏਟਲੀ ਇਹ ਚੀਜ਼ ਨੂੰ ਰੋਕਾਂਗੇ ਇਹਦੇ ਵਾਸਤੇ ਸਟ੍ਰਿਕਟ ਤੋਂ ਸਟ੍ਰਿਕਟ ਲਾਜ਼ ਰੂਲਸ ਫਾਲੋ ਕੀਤੇ ਜਾਣਗੇ ਐਂਡ ਜਿੰਨੀ ਪੁਲਿਸ ਆਪਾਂ ਇਨਵੋਲਵ ਕਰ ਸਕਦੇ ਆ ਐਂਡ ਜਿੰਨੀ ਹਾਈ ਲੈਵਲ ਦੀ ਸੋਫਿਸਟੀਕੇਟਡ ਟੈਕਨੋਲੋਜੀ ਆਪਾਂ ਵਰਤ ਕੇ ਇਹ ਚੀਜ਼ ਨੂੰ ਰੋਕਾਂਗੇ ਕਿਉਂਕਿ ਐਵਰੀ ਮੰਥ 300 ਤੋਂ 500 ਕਾਰਾਂ ਆਪਣੇ ਡਰਾਈਵਰਸ ਤੋਂ ਚੱਕੀਆਂ ਜਾਂਦੀਆਂ ਐਂਡ ਰੈਜ਼ਿਡੈਂਸ ਇੱਕ ਡਰ ਚੁੱਕੇ ਆ ਇੱਕ ਬਹੁਤ ਜ਼ਿਆਦਾ ਤੁਹਾਡੀ ਲਾਈਫ ਦੇ ਵਿੱਚ ਪ੍ਰਾਈਵੇਸੀ ਖਰਾਬ ਹੁੰਦੀ ਆ ਸੋ ਇਹ ਸਾਡੀ ਨੰਬਰ 1 ਟੂ ਡੂ ਹੈਗੀ ਆ ਜਦੋਂ ਵੀ ਆਪਾਂ ਆਉਣੇ ਨੂੰ ਇਮੀਡੀਏਲੀ ਅਸੀਂ ਐਡਰੈਸ ਕਰਾਂਗੇ ਐਂ ਜਿੰਨਾ ਚਿਰ ਇਹ ਚੀਜ਼ ਰਿਡਿਊਸ ਨਹੀਂ ਹੁੰਦੀ ਬ੍ਰੈਮਟਨ ਦੇ ਵਾਸਤੇ ਆਪਾਂ ਇਹਨੂੰ ਹਟਾਂਗੇ ਨਹੀਂ ਆਪਾਂ ਇਹਤੇ ਸਟ੍ਰਿਕਟ ਤੋਂ ਸਟ੍ਰਿਕਟ ਮੇਜਰ ਲਵਾਵਾਂਗੇ ਇਹ ਸਾ ਨਿੱਕੀਕੌਰ ਜੋ ਕਿ ਬ੍ਰੈਮਟਨ ਤੋਂ ਮੇਰ ਦੀਆਂ ਚੋਣਾਂ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ ਇਹਨਾਂ ਦੇ ਵੋਟਰਾਂ ਸਪੋਰਟਰਾਂ ਵੱਲੋਂ ਜਿਹੜਾ ਕਾਫੀ ਜ਼ਿਆਦਾ ਹੁੰਗਾਰਾ ਮਿਲ ਰਿਹਾ ਤੇ ਲਗਾਤਾਰ ਉਹ ਜਿੱਤ ਦੇ ਦਾਅਵੇ ਵੀ ਠੋਕਰੇ ਰਹੇ ਹੁਣ ਦੇਖਣਾ ਹੋਊਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਨਤੀਜਿਆਂ ਦੇ ਵਿੱਚੋਂ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਵੀਡੀਓ ਯਰਲਿਸਟ ਗੁਰਪ੍ਰੀਤ ਸੱਬਰਵਾਲ ਦੇ ਨਾਲ ਮੈਂ ਖੁਫੀਰ ਭੰਗੂ D5 ਚੈਨਲ ਪੰਜਾਬੀ ਕੀ ਹੁੰਦੀ ਹੈ ਜਮ੍ਹਾਂ ਬੰਦੀ ਕਿਵੇਂ ਬਣਦੀ ਹੈ ਵਸੀਅਤ ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com 35 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ ਬੈਲ ਆਈਕਨ ਤੇ ਕਲਿੱਕ ਕਰੋ